ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜ ਆਬ ਟੀਵੀ। ਬਈ ਕਹਿੰਦੇ ਨੇ ਮਰਦ ਨੂੰ ਦਰਦ ਨਹੀਂ ਹੁੰਦਾ, ਪਰ ਜਿਹੜੇ ਮਰਦ ਇਸ ਵੇਲੇ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਤਾਂ ਬਾਲੀਵੁੱਡ ਦੇ ਮਰਦ ਨੂੰ ਵੀ ਦਰਦ ਹੋਣ ਲੱਗਦਾ ਸੀ, ਔਰ ਪਤਾ ਨਹੀਂ ਕਿੰਨੇ ਹੀ ਐਸੇ ਐਕਟਰ ਨੇ ਜਿਨ੍ਹਾਂ ਦਾ ਉਹਨਾਂ ਨੇ ਦਰਦ ਉਠਾ ਦਿੱਤਾ ਸੀ। ਸਾਡੇ ਨਾਲ ਇਸ ਵੇਲੇ ਬੜੀ ਖਾਸ ਸ਼ਖਸੀਅਤ ਡੈਨ ਧਨੋਆ ਜੀ ਮੌਜੂਦ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ। ਥੈਂਕ ਯੂ ਵੈਰੀ ਮੱਚ ਜੀ, ਵੈਰੀ ਨਾਈਸ ਟਾਕਿੰਗ ਟੂ ਯੂ। ਐਂਡ ਮੈਂ ਹੁਣ ਚੰਡੀਗੜ੍ਹ 'ਚ ਹੀ ਹੈਗਾ ਅਤੇ ਸੋਚ ਰਿਹਾ ਵਾਪਸ ਫਿਲਮਾਂ 'ਚ ਜਾ ਕੇ ਦੇਖਦੇ ਹਾਂ ਕਿ ਪੰਜਾਬੀ ਫਿਲਮਾਂ ਅਤੇ ਹਿੰਦੀ ਫਿਲਮਾਂ ਦੋਨਾਂ 'ਚ ਮੈਂ ਵਾਪਸ ਕੰਮ ਕਰਾਂਗਾ। ਮੈਨੂੰ ਹਿੰਦੀ ਫਿਲਮਾਂ ਦਾ ਕੁਛ ਆ ਵੀ ਗਏ ਹੈਗੇ ਪ੍ਰੋਜੈਕਟਸ ਜਿੱਥੇ ਗੱਲ ਚੱਲ ਰਹੀ ਹੈ ਹੁਣੇ, ਅਤੇ ਹੁਣ ਦੇਖੋ ਵਾਟ ਟਾਈਮ ਐਂਡ ਹਾਓ ਥਿੰਗਸ ਵਰਕ ਆਊਟ। ਭੈਣ ਜੀ, ਲੰਬਾ ਸਮਾਂ ਹੋ ਗਿਆ। ਹਾਂਜੀ, ਅਤੇ ਤੁਸੀਂ ਜੋ ਛਾਪ ਛੱਡੀ ਉਹ ਅਸੀਂ ਭੁੱਲ ਨਹੀਂ ਸਕਦੇ। ਮਤਲਬ ਇੱਕ ਵਾਰ ਤਾਂ ਗੁੱਸਾ ਵੀ ਆ ਜਾਂਦਾ ਸੀਗਾ ਯਾਰ, ਵੀ ਇਹ ਤਾਂ ਕੁੱਟੀ ਜਾਂਦਾ ਹੈ ਨਾ, ਵੀ ਕੁੱਟੀ ਵੀ ਜਾਂਦਾ, ਇਹਨੂੰ ਵੀ ਕੁੱਟੋ, ਕੁਛ ਤਾਂ ਹੋਵੇ ਹੈ ਨਾ। ਪਰ ਉਹ ਛਾਪ ਅੱਜ ਵੀ ਸਾਡੇ ਮਨਾਂ ਦੇ ਵਿੱਚ ਫਰੈਸ਼ ਪਈ ਆ। ਨਹੀਂ, ਚੰਗੀ ਗੱਲ ਹੈ ਨਾ, ਵਿਲਨ ਦਾ ਰੋਲ ਮੈਂ ਚੰਗੀ ਤਰ੍ਹਾਂ ਨਿਭਾਇਆ ਹੋਣਾ, ਤਾਂ ਹੀ ਉਹ ਛਾਪ ਰਹਿ ਗਈ ਹੈ। ਨਹੀਂ, ਕਾਫੀ ਲੰਬਾ ਸਮਾਂ ਹੋ ਗਿਆ, ਇੰਨਾ ਗੈਪ ਕਿਉਂ ਪਾਇਆ? ਮੈਂ ਫਿਲਮਾਂ ਸੀਗਾ, ਮੈਂ ਆਈ ਥਿੰਕ ਅਬਾਊਟ 70-75 ਫਿਲਮਾਂ ਕੀਤੀਆਂ ਸੀਗੀਆਂ ਉਸ ਵਕਤ, ਜ਼ਿਆਦਾਤਰ ਹਿੰਦੀ ਸੀਗੀਆਂ, ਇੱਕ ਮੈਂ ਪੰਜਾਬੀ ਕੀਤੀ ਸੀ, ਇੱਕ ਮਲਿਆਲਮ ਵੀ ਫਿਲਮ ਕੀਤੀ ਸੀ ਮੈਂ, ਅਤੇ ਉਹਦੇ ਬਾਅਦ ਕੁਛ ਸਾਰੇ ਰੋਲ ਸਟੀਰੋਟਾਈਪ ਜਿਹੇ ਹੋ ਗਏ ਸੀਗੇ, ਔਰ ਮੈਂ ਕੁਛ ਪਰਸਨਲ ਰੀਜ਼ਨ ਸੀਗੇ ਯੂਨੋ, ਉਹਦੇ ਕਰਕੇ ਫਿਰ ਮੈਂ ਫਿਲਮ ਲਾਈਨ ਛੱਡ ਕੇ ਵਾਪਸ ਆਪਣਾ ਜਿਹੜਾ ਮੇਰਾ ਮੇਨ ਕਰੀਅਰ ਸੀਗਾ ਸ਼ਿਪਿੰਗ ਦਾ, ਜਿੱਥੋਂ ਮੈਂ ਹੁਣ ਰਿਟਾਇਰ ਕਪਤਾਨ ਸੀਗਾ ਸ਼ਿਪ 'ਤੇ, ਟੈਂਕਰ 'ਤੇ, ਉਹ ਮੈਂ ਰਿਟਾਇਰ ਹੋ ਕੇ ਆ ਗਿਆ ਵਾਪਸ 29 ਸਾਲ ਬਾਅਦ। ਮੈਂ 2 ਸਾਲ ਪਹਿਲਾਂ ਇੱਕ ਫਿਲਮ ਹੋਰ ਕੀਤੀ ਸੀ, ਟੈਮਿਲ ਫਿਲਮ ਸੋਰਾਏ ਪੁੱਤਰ, ਜਿਹੜੀ ਸੁਪਰ ਹਿੱਟ ਸੀਗੀ, ਉਹਦੇ ਵਿੱਚ ਮੇਰਾ ਰੋਲ ਸੀਗਾ ਵਿਜੇ ਮਾਲੀਆ ਦਾ। ਤੁਸੀਂ ਲੱਗਦੇ ਵੀ ਹੋ, ਤੁਹਾਡੀ ਕਾਫੀ ਲੁੱਕ ਮਿਲ। ਹਾਂ, ਉਹ ਉਹਦੇ ਫਿਲਮ 'ਚ ਆਪਣਾ ਸੂਰਿਆ ਹੀਰੋ ਸੀਗਾ, ਸੁਪਰ ਸਟਾਰ ਹੈਗਾ ਟੈਮਿਲ ਦਾ, ਅਤੇ ਪਿਕਚਰ ਬੜੀ ਹਿੱਟ ਹੋਈ ਹੈ, ਉਹ ਕਈ ਲੈਂਗੁਏਜ ਡੱਬ ਹੋ ਕੇ ਵੀ ਚੱਲੀ ਹੈ। ਹੁਣ ਉਹਦੇ ਰਾਈਟਸ ਹਿੰਦੀ ਫਿਲਮ 'ਚ ਵੀ ਖਰੀਦ ਲਏ ਉਹਨਾਂ ਨੇ, ਅਕਸ਼ੇ ਕੁਮਾਰ ਐਜ਼ ਅ ਹੀਰੋ, ਉਹ ਫਿਲਮ ਬਣ ਰਹੀ ਹੈ, ਹੁਣ ਰੀਮੇਕ ਬਣ ਰਿਹਾ, ਅਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਟੂ ਡੂ ਦ ਸੇਮ ਰੋਲ, ਇਟਸ ਅ ਗੈਸਟ ਅਪੀਅਰੈਂਸ, ਬਟ ਆਈ ਲਵ ਦ ਰੋਲ ਐਂਡ ਗੁੱਡ, ਵੈਰੀ ਗੁੱਡ ਕੈਰੈਕਟਰ, ਸੋ ਆਈ ਇੰਜੋਏ ਡੂਇੰਗ ਇਟ। ਅਤੇ ਹੁਣ ਦੇਖੋ ਅੱਗੇ ਕੀ ਹੁੰਦਾ। ਪੈਂਦੇ ਭੁਲੇਖੇ ਫਿਰ ਵਿਜੇ ਮਾਲੀਆ ਦੇ? ਹਾਂ ਬਿਲਕੁਲ ਪੈਂਦੇ। ਕੱਲ੍ਹ ਮੈਨੂੰ ਹੋਇਆ, ਮੈਂ ਕੱਲ੍ਹ ਏਅਰਪੋਰਟ 'ਤੇ ਉਤਰਿਆ, ਕਸਟਮ ਵਾਲਿਆਂ ਨੇ ਮੈਨੂੰ ਰੋਕ ਲਿਆ, ਮੈਂ ਮਾਸਕ ਜਿਹਾ ਪਾਇਆ ਸੀ, ਮੈਨੂੰ 3 ਬੰਦੇ ਨੇ ਘੇਰ ਲਿਆ, ਕਹਿੰਦੇ ਮਾਸਕ ਲਾਓ, ਫਿਰ ਮੈਨੂੰ ਦੇਖ ਕੇ ਕਹਿੰਦੇ ਨਹੀਂ ਹੈ ਉਹ ਨਹੀਂ ਹੈ, ਮੈਂ ਕਿਹਾ ਕੌਣ ਨਹੀਂ ਹੈ, ਕਹਿੰਦੇ ਜੀ ਅਸੀਂ ਸੋਚਿਆ ਤੁਸੀਂ ਵਿਜੇ ਮਾਲੀਆ, ਮੈਂ ਕਿਹਾ ਵੈਲ ਡਨ, ਮੈਂ ਕਿਹਾ ਮੈਂ ਵਿਜੇ ਮਾਲੀਆ ਸੋਚਿਆ, ਮੈਂ ਚੁੱਪ ਕਰਕੇ ਅੰਦਰ ਆਇਆ ਨਾ ਕੰਟਰੀ 'ਚ ਵਾਪਸ, ਤਾਂ ਮੈਂ ਕਿਹਾ ਭੁਲੇਖਾ ਪੈਂਦਾ ਮੇਰੀ ਸ਼ਕਲ ਨਾਲ। ਹਾਂ, ਮੈਂ ਨਾ ਇਹ ਪਹਿਲਾਂ ਵੀ ਮੇਰੇ ਨਾਲ ਹੋ ਜਾਇਆ, ਗੋਆ 'ਚ ਇੱਕ ਵਾਰ ਮੇਰੇ, ਮੈਂ ਗੋਆ ਗਿਆ ਸੀਗਾ ਅਤੇ ਉੱਥੇ ਬੱਸ ਦੇ ਕਈ ਬੰਦੇ ਸੀਗੇ, ਉਹ ਮੈਂਗਲੌਰ ਸਾਈਡ ਦੇ, ਕਿਉਂਕਿ ਜਿੱਥੋਂ ਦਾ ਹੈਗਾ ਵਿਜੇ ਮਾਲੀਆ, ਉਹ ਐਕਚੁਲੀ ਉੱਥੇ ਉਹਨੂੰ ਪੁੱਛਦੇ ਕਾਫੀ ਨੇ, ਉਹ ਆ ਕੇ ਜੀ ਮੇਰੇ ਸਰਾਊਂਡ ਕਰ ਲਿਆ, ਕਹਿੰਦੇ ਜੀ ਤੁਸੀਂ ਵਿਜੇ ਮਾਲੀਆ, ਮੈਂ ਵਿਜੇ ਮਾਲੀਆ ਨਹੀਂ ਹਾਂ, ਤੁਹਾਨੂੰ ਭੁਲੇਖਾ ਲੱਗ ਰਿਹਾ, ਅਤੇ ਉਹ ਹੋ ਜਾਂਦਾ ਹੈ, ਲੋਕਾਂ ਨੂੰ ਲੱਗਦਾ ਕਿ ਮੈਂ ਸ਼ਕਲ ਕਾਫੀ ਮੇਰੇ ਘਰ ਮਿਲਦੀ ਹੈ ਮੇਰੀ। ਭੈਣ ਜੀ, ਸਮਾਂ ਕਾਫੀ ਬਦਲ ਗਿਆ ਹੈ, ਕਾਫੀ ਤਰੱਕੀ ਕਰ ਲਈ ਹੈ, ਹੁਣ ਤਾਂ ਕਹਿੰਦੇ ਨੇ ਕਿ ਅਗਰ ਰੋਲ ਚਾਹੀਦਾ ਆ ਤਾਂ ਤੁਹਾਡੀ ਅਪਰੋਚ ਵੀ ਹੋਣੀ ਚਾਹੀਦੀ ਹੈ। ਉਸ ਵੇਲੇ ਜਦੋਂ ਤੁਸੀਂ ਸ਼ੁਰੂਆਤ ਕੀਤੀ, ਕਿਸ ਪ੍ਰਕਾਰ ਸ਼ੁਰੂਆਤ ਕੀਤੀ, ਕਿੱਦਾਂ ਰੋਲ ਮਿਲਿਆ ਪਹਿਲਾਂ ਲਾਈਫ ਦਾ? ਜੀ ਮੈਂ ਇੱਕ ਚੀਜ਼, ਮੈਂ ਕਦੀ ਸਟਰਗਲ ਨਹੀਂ ਕੀਤਾ, ਮੈਂ ਆਊਟ ਆਫ ਅ ਜੋਬ ਸੀਗਾ, ਮੈਂ ਸੇਲਿੰਗ ਵਿੱਚ ਸੀਗਾ, ਸਾਡੇ ਸ਼ਿਪਿੰਗ 'ਚ ਸਲੰਪ ਸੀਗਾ, ਮੈਂ ਸੈਕਿੰਡ ਆਫਿਸਰ ਦਾ ਐਗਜ਼ਾਮ ਦੇ ਕੇ ਮੈਨੂੰ ਨੌਕਰੀ ਨਹੀਂ ਮਿਲੀ, ਅਤੇ ਮੈਂ ਉਸ ਵਕਤ ਮਾਡਲਿੰਗ ਸ਼ੁਰੂ ਕਰਤੀ, ਮੇਰਾ ਜਿਹੜਾ ਪਹਿਲਾ ਕਮਰਸ਼ੀਅਲ ਸੀਗਾ ਐਲਪਾਰ ਸ਼ੂਟਿੰਗ ਦਾ, ਬੜਾ ਵੱਡਾ ਹਿੱਟ ਹੋਇਆ, ਉਹਦੇ ਬਾਅਦ ਮੈਨੂੰ ਕੋਈ 40-45 ਮੈਂ ਕਮਰਸ਼ੀਅਲਸ ਕੀਤੇ ਹੋਣੇ ਹੈ, ਉਹ ਜਦ ਮੈਂ ਕਮਰਸ਼ੀਅਲ ਕਰ ਹੀ ਰਿਹਾ ਸੀਗਾ, ਨਾਲ ਦੇ ਨਾਲ ਮੈਂ ਇੱਕ ਫਿਲਮੀ ਪਾਰਟੀ ਚਲਾ ਗਿਆ, ਇਹ ਕੁਰਬਾਨੀ ਦੀ ਮੇਰੇ ਖਿਆਲ 50 ਵੀਕ ਸੈਲੀਬ੍ਰੇਸ਼ਨ ਸੀਗੀ, ਮੇਰੇ ਖਿਆਲ ਗੋਲਡਨ ਜੁਬਲੀ ਸੈਲੀਬ੍ਰੇਸ਼ਨਸ, ਉੱਥੇ ਮੈਨੂੰ ਫਿਰੋਜ਼ ਖਾਨ ਨੇ ਡਾਇਰੈਕਟਲੀ ਮੂੰਹ 'ਤੇ ਆਫਰ ਕੀਤਾ, ਕਹਿੰਦਾ ਡੈਨ ਡੂ ਯੂ ਵਾਂਟ ਟੂ ਐਕਟ, ਅਤੇ ਮੈਂ ਕਿਹਾ ਜੀ ਮੈਂ ਆਈ ਐਮ ਫਰੋਮ ਅ ਡਿਫਰੈਂਟ ਬੈਕਗਰਾਊਂਡ, ਯੂਨੋ ਕਦੀ ਮੈਂ ਐਕਟਿੰਗ ਕੀਤੀ ਨਹੀਂ ਹੈਗੀ, ਅਤੇ ਉਹ ਕਹਿੰਦਾ ਡੋਂਟ ਵਰੀ, ਉਹ ਮੇਰਾ ਕੰਮ ਹੈ, ਮੈਨੂੰ ਸਾਲ ਆਈ ਨੀਡ ਯੂ,
ਤੇ ਉੱਥੋਂ ਮੇਰਾ ਫਿਲਮ ਦਾ ਕਰੀਅਰ ਉਸ ਰਾਤ ਪਾਰਟੀ ਤੋਂ ਸ਼ੁਰੂ ਹੋਇਆ। ਫਿਰੋਜ਼ ਖਾਨ ਨੇ ਮੈਨੂੰ ਸਾਈਨ ਕੀਤਾ, ਇੱਕ ਸਾਲ ਮੈਨੂੰ ਉੱਥੇ ਬੰਬੇ ਰੱਖ ਕੇ ਟ੍ਰੇਨਿੰਗ ਦਿੱਤੀ, ਐਕਟਿੰਗ ਕੋਰਸ ਕਰਾਇਆ, ਫਾਈਟਸ ਉਰਦੂ ਸਿੱਖਿਆ ਮੈਂ, ਸਾਰਾ ਕੁਛ ਜਿਹੜਾ ਵੀ ਰਿਕੁਆਇਰਡ ਸੀਗਾ। ਅਨਫੋਰਚੁਨੇਟਲੀ ਦਾ ਫਿਲਮ ਗੋਟ ਸ਼ੈਲਵਡ, ਅਤੇ ਜਿਸ ਦਿਨ ਸਵੇਰੇ ਵੀ ਸ਼ੁੱਕ ਹੈਂਡਸ ਫਿਰੋਜ਼ ਦੇ, ਮੈਂ ਕੰਟਰੈਕਟ ਜਿਹੜਾ ਨਲੀਫਾਈ ਹੋਇਆ। ਸ਼ਾਮ ਨੂੰ ਮੈਨੂੰ ਮਨਮੋਹਨ ਦਸਾਈ ਦੇ ਬੰਦੇ ਨੇ ਬੁਲਾਇਆ, ਕਹਿੰਦਾ ਜੀ ਮਨ ਜੀ ਵਾਂਟਸ ਟੂ ਮੀਟ ਯੂ। ਦੂਜੇ ਦਿਨ ਮੈਂ ਮਰਦ ਸਾਈਨ ਹੋ ਗਿਆ ਸੀਗਾ ਮੈਂ। ਲੱਕ ਨੇ ਬਹੁਤ ਸਾਥ ਦਿੱਤਾ, ਬਸ ਆਹ ਸਮਝ ਲਓ, ਕਿਉਂਕਿ ਮੇਰਾ ਕੋਈ ਫਿਲਮ ਬੈਕਗਰਾਊਂਡ ਨਹੀਂ, ਮੇਰਾ ਕੋਈ ਘਰ ਵਾਲਾ ਫਿਲਮ 'ਚ ਨਹੀਂ ਹੈ, ਮੈਂ ਪਹਿਲਾ ਹੀ ਬੰਦਾ ਹੈਗਾ। ਉਸ ਜ਼ਮਾਨੇ ਦੀ ਗੱਲ ਕਰ ਰਿਹਾ, ਤੋਂ 40 ਸਾਲ ਹੋ ਗਏ, ਜਦ ਮੈਂ 1980 ਦੀ ਗੱਲ ਕਰ ਰਿਹਾ, ਅਤੇ ਨਾ ਕੋਈ ਮੈਨੂੰ ਐਡਾ ਕੋਈ ਫਿਲਮਾਂ ਦਾ ਸ਼ੌਕ ਸੀਗਾ ਜਾਂ ਐਕਟਿੰਗ ਦਾ ਕੋਈ ਸ਼ੌਕ ਸੀਗਾ, ਉਸ ਅਸੀਂ ਸੋਚਿਆ ਵੀ ਕਦੇ ਨਹੀਂ ਸੀ। ਬਟ ਜਿੱਥੇ ਆਪਣੀ ਬੰਦੇ ਦੀ ਤਕਦੀਰ ਲੈ ਕੇ ਜਾਂਦੀ ਹੈ, ਜੋ ਹੋਣਾ ਹੁੰਦਾ ਉਹੀ ਹੁੰਦਾ। ਮਰਦ ਕੀਤੀ, ਮਰਦ ਉਹ ਸੁਪਰ ਹਿੱਟ ਫਿਲਮ, ਉਹਦੇ ਬਾਅਦ ਬਹੁਤ ਕੰਮ ਮਿਲਿਆ। ਐਵਰੀ ਈਅਰ ਉਹਦੇ ਮੈਂ ਕੋਈ 7-8 ਸਾਲ ਫਿਲਮਾਂ ਸੀਗਾ, ਮੈਂ ਕੋਈ 70-75 ਫਿਲਮਾਂ ਕੀਤੀਆਂ। ਉਹਦੇ ਬਾਅਦ ਮੈਂ ਛੱਡ ਕੇ ਫਿਰ ਵਾਪਸ ਸ਼ਿਪਿੰਗ 'ਚ ਗਿਆ, ਅਬ ਤੋਂ ਕਪਤਾਨ ਸੀਗਾ ਮੈਂ ਸ਼ਿਪਾਂ। ਹੁਣ ਫਿਰ ਤੋਂ ਮੈਨੂੰ ਰੋਲ ਆਉਂਦੇ ਸੀ ਤਦ ਵੀ, ਬਟ ਡੇਟਾਂ ਦਾ ਪ੍ਰੋਬਲਮ ਆਉਂਦਾ ਸੀ। ਸਭ ਤੋਂ ਵੱਧ ਪਿਆਰ ਕਿਹੜੇ ਕਲਾਕਾਰ ਨਾਲ ਰਿਹਾ ਸਭ ਤੋਂ ਜ਼ਿਆਦਾ? ਮੇਰਾ ਨਾ ਜ਼ਿਆਦਾ ਸਾਰਿਆਂ ਨਾਲ ਹੀ ਚੰਗਾ ਪਿਆਰ ਸੀ ਆਪਾਂ, ਬਿਲਕੁਲ ਅੱਜ ਵੀ ਮੈਨੂੰ ਜਿਹੜੇ ਵੀ ਮਿਲਦੇ ਸਾਰੇ ਪਿਆਰ ਨਾਲ ਮਿਲਦੇ ਆ। ਸਲਮਾਨ ਖਾਨ ਹੋਏ, ਉਹਦਾ ਨਵਾਂ ਨਵਾਂ ਆਇਆ ਜੋ ਮੈਂ, ਆਪਣਾ ਜੈਕੀ ਸ਼ਰੋਫ ਹੈਗਾ ਆਪਣਾ, ਇਹ ਸਾਰੇ ਮੇਰੇ, ਈਵਨ ਅਕਸ਼ੇ, ਇਹ ਸਾਰਿਆਂ ਦਾ ਕਰੀਅਰ ਸਰ ਮੇਰੇ ਸਾਹਮਣੇ ਸ਼ੁਰੂ ਹੋਇਆ ਸਾਰਿਆਂ ਦਾ। ਪੂਲ ਔਰ ਕਾਂਟੇ, ਹਾਂ ਪੂਲ ਔਰ ਕਾਂਟੇ ਮੈਂ ਕੀਤੀ ਫਿਲਮ, ਹਾਂ ਆਪਣੇ ਅਕਸ਼ੇ ਦੀ ਪਹਿਲੀ ਫਿਲਮ ਸੀਗੀ ਪ੍ਰਮੋਦ ਚੱਕਰਵਰਤੀ ਸੀ, ਕੀ ਸੀ ਨਾ ਹੀ ਬੋਲ ਰਹੇ ਯਾਰ, ਇੰਨੀਆਂ ਫਿਲਮਾਂ ਕੀਤੀਆਂ ਉਹਦੇ ਬਾਅਦ, ਦੀਦਾਰ, ਹਾਂ ਠੀਕ ਹੈ। ਅਤੇ ਮੈਂ ਕੋਈ ਐਡਾ ਵੱਡਾ ਪ੍ਰੋਡਿਊਸਰ ਨਹੀਂ ਹੈ ਜਦੋਂ ਮੈਂ ਕੰਮ ਨਹੀਂ ਕੀਤਾ, ਕੋਈ ਵੱਡਾ ਐਕਟਰ ਨਹੀਂ ਹੈ ਜਦੋਂ ਮੈਂ ਕੰਮ ਨਹੀਂ ਕੀਤਾ, ਫਰੋਮ ਅਮਿਤਾਭ ਬੱਚਨ ਟੂ ਅਸ਼ੋਕ ਕੁਮਾਰ, ਰਾਜੇਸ਼ ਖੰਨਾ, ਵਿਨੋਦ ਖੰਨਾ, ਜੈਕੀ ਸ਼ਰੋਫ, ਅਨਿਲ ਕਪੂਰ, ਦੇਵ ਸਾਹਿਬ ਦੀ ਫਿਲਮ ਕੀਤੀ ਮੈਂ, ਹਾਂ ਸੱਚੇ ਦਾ ਬੋਲ ਬਾਲਾ ਦੇਵ ਸਾਹਿਬ ਦੀ ਕੰਮ ਹੈ, ਉਹਦੇ ਜੈਕੀ ਅਤੇ ਮੈਂ ਭਰਾ ਨੇ, ਅਤੇ ਮੈਂ ਮੇਰੇ ਤੋਂ ਮਰਡਰ ਹੋ ਜਾਂਦਾ ਹੇਮਾ ਮਾਲਨੀ ਦਾ, ਉਹ ਫਿਲਮ ਜੀ ਬੜੀ ਇੰਟਰਸਟਿੰਗ ਫਿਲਮ ਸੀ। ਮਤਲਬ ਕੋਈ ਮੈਂ ਇਨ ਦੈਟ ਸਪੈਨ ਪ੍ਰਾਨ ਸਾਹਿਬ, ਜਿਹੜੇ ਵੀ ਆਪਣੇ ਵੈਟਰਨ ਐਕਟਰ ਸੀਗੇ, ਡੈਨੀ ਡੰਦੂਗੱਪਾ, ਆਪਣਾ ਅਮਰੀਸ਼ ਪੁਰੀ ਨੇ ਮੈਂ ਬੜੀਆਂ ਫਿਲਮਾਂ ਕੀਤੀਆਂ, ਉਹਨਾਂ ਦਾ ਮੈਂ ਮੁੰਡਾ, ਕਈ ਫਿਲਮਾਂ 'ਚ ਮੈਂ ਉਹਨਾਂ ਦਾ ਮੁੰਡਾ ਸੀਗਾ, ਅਤੇ ਐਟ ਅ ਵੈਰੀ ਗੁੱਡ ਰਨ, ਮੈਂ ਕੋਈ ਨੋ ਰਿਗਰੈਟਸ ਐਂਡ ਵੈਰੀ ਗੁੱਡ ਰਨਿੰਗ। ਅੱਛਾ, ਜਦੋਂ ਫਿਲਮੀ ਸਫ਼ਰ ਤੋਂ ਤੁਸੀਂ ਵਿਰਾਮ ਲਿਆ ਔਰ ਤੁਸੀਂ ਆਪਣੇ ਨੇਵੀ ਵਾਲੇ ਪ੍ਰੋਫੈਸ਼ਨ 'ਚ ਚਲੇ ਗਏ, ਯਾਦ ਆਉਂਦੀ ਸੀ? ਉਹ ਯਾਦ ਆਉਂਦੀ ਯਾਰ, ਮੈਂ ਐਡਾ ਨਹੀਂ ਹੈਗਾ ਕਿ ਯੂਨੋ ਅਸੀਂ, ਮਤਲਬ ਆਈ ਵਾਜ਼, ਉਹ ਕਹਿੰਦੇ ਨਾ ਔਲ ਸਟ੍ਰਕ ਦਾ ਫਿਲਮ ਸਟ੍ਰਕ, ਉਹ ਮੇਰੇ 'ਚ ਹੈ ਨਹੀਂ ਗੱਲ। ਅਸੀਂ ਮੇਰੇ ਗੱਲ ਬਰੋਟਾ ਵੀ ਇਹ ਸੀਗੇ ਕਿ ਨਾ ਆਈ ਵਾਜ਼ਨਟ ਫਰੋਮ ਦਾ ਫਿਲਮ ਇੰਡਸਟਰੀ, ਪਹਿਲੀ ਗੱਲ ਤਾਂ ਉਹ ਹੈ, ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ, ਮੈਂ ਕੋਈ ਐਡਾ ਕੋਈ ਸਟਾਈਲ ਦਾ ਵੀ ਮੈਨੂੰ ਕੋਈ ਹੈ ਨਹੀਂ। ਆਈ ਲਿਵ, ਕਹਿੰਦੇ ਨਾ ਲਾਈਫ ਕਿੰਗ ਸਾਈਜ਼, ਜਿੱਥੇ ਵੀ ਹੈਗਾ, ਵੈਦਰ ਇਟ ਇਜ਼ ਅ ਫਿਲਮ ਇੰਡਸਟਰੀ, ਵੈਦਰ ਇਟ ਇਜ਼, ਆਈ ਇੰਜੋਏ ਮਾਈ ਸੈਲਫ ਦੇਅਰ ਜੀ, ਆਈ ਹੈਵ ਨੋ ਇਸ਼ੂਜ਼ ਕਿ ਬਈ ਮੈਂ ਰੈਕਗਨਾਈਜ਼ ਹੋ ਗਏ ਯਾਰ, ਚੰਗੀ ਗੱਲ, ਨਹੀਂ ਹੋਏ ਨਹੀਂ ਹੋਏ ਕੀ ਫਰਕ ਪੈਂਦਾ। ਅੱਛਾ, ਬੜੀ ਸ਼ਾਨਦਾਰ ਵਾਪਸੀ ਕੀਤੀ ਹੈ। ਹਾਂਜੀ, ਪੰਜਾਬ ਦੇ ਵਿੱਚੋਂ, ਚੰਡੀਗੜ੍ਹ ਦੇ ਵਿੱਚੋਂ ਤੁਹਾਡਾ ਆਪਣਾ ਸ਼ਹਿਰ ਹੈ, ਹੁਣ ਤਾਂ ਬਾਲੀਵੁੱਡ ਇੰਡਸਟਰੀ ਵੀ ਬਹੁਤ ਗਰੋ ਕਰ ਗਈ ਹੈ। ਬਿਲਕੁਲ ਜੀ, ਦੇਖਾਂਗੇ ਤੁਹਾਨੂੰ ਪੰਜਾਬੀ ਫਿਲਮਾਂ 'ਚ। ਪੰਜਾਬੀ ਫਿਲਮਾਂ ਜ਼ਰੂਰ ਆਵਾਂਗੇ ਜੀ, ਐਬਸੋਲੂਟਲੀ। ਮੈਂ ਇੱਕ ਫਿਲਮ ਕੀਤੀ ਸੀ ਪੰਜਾਬੀ ਦੀ, ਬੜੇ ਸਾਲ ਹੋ ਗਏ, ਪ੍ਰੀਤੀ ਸਪਰੂ ਨੇ ਡਾਇਰੈਕਟ ਕੀਤੀ ਸੀ, ਉਹਦੇ 'ਚ ਅਨੀਤਾ ਰਾਜ ਅਤੇ ਮੈਂ, ਅਸੀਂ ਹਸਬੈਂਡ ਵਾਈਫ, ਸਾਡਾ ਗੈਸਟ ਪੇਰੈਂਟ ਸੀਗਾ। ਉਹ ਫਿਲਮ ਸੀਗੀ ਫਸਟ ਫਿਲਮ ਆਫ ਆਪਣਾ ਕੀ ਆਪਣੇ ਹੈਗੇ ਸੂਫੀ ਸਿੰਗਰ ਆਪਣੇ ਹੰਸ ਰਾਜ, ਹੰਸ ਦੀ ਉਹ ਪਹਿਲੀ ਫਿਲਮ ਸੀਗੀ, ਅਤੇ ਨਾਲ ਆਪਣੇ ਯੋਗ ਵੀ ਸੀਗਾ, ਯੋਗ ਰਾਜ ਵੀ ਸੀਗਾ ਉਹ ਫਿਲਮ 'ਚ। ਉਹ ਬੜੇ ਸਾਲ ਹੋ ਗਏ ਫਿਲਮ ਕੀਤੀ, ਕਰਾਂਗੇ, ਬਹੁਤ ਕਰਾਂਗੇ ਹੁਣ ਤਾਂ। ਸੁਡੈਨ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਬਹੁਤ ਹੀ ਚੰਗੀ ਰਹੀ ਆਪਣੀ ਮੁਲਾਕਾਤ, ਅਤੇ ਬਹੁਤ ਗੱਲਾਂ ਤੁਹਾਡੇ ਤੋਂ ਸਿੱਖਣ ਵੀ ਮਿਲੀਆਂ ਸਾਨੂੰ। ਪਲੇਜ਼ਰ ਟਾਕਿੰਗ ਟੂ ਯੂ, ਐਂਡ ਹੋਪਫੁਲੀ ਦੇਖੋ ਤਕਦੀਰ ਬੰਦੇ ਦੀ ਕਿੱਥੇ ਲੈ ਕੇ ਜਾਂਦੀ ਹੈ, ਕਰਾਂਗੇ ਫਿਲਮਾਂ ਕਰਾਂਗੇ, ਆਈ ਐਮ ਓਪਨ ਟੂ ਡੂਇੰਗ ਐਨੀਥਿੰਗ। ਪੰਜਾਬੀ ਫਿਲਮਾਂ ਮੈਂ ਤਾਂ ਤਮਿਲ ਦੀਆਂ ਕਰ ਲਈਆਂ, ਮਲਿਆਲਮ ਕਰ ਲਈਆਂ,
Let's see how it goes. Everything. So Voice of Punjab TV ਦੀ ਟੀਮ ਵੱਲੋਂ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਲਈ ਆਉਣ ਵਾਲੀਆਂ ਫਿਲਮਾਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ. ਥੈਂਕ ਯੂ ਵੈਰੀ ਮਚ ਜੀ, ਵੈਰੀ ਗ੍ਰੇਟਫੁਲ ਜੀ. ਥੈਂਕ ਯੂ. ਸੋ ਜੀ, ਇਹ ਸੀ ਡੈਨ ਧਨੋਆ ਜੀ, ਗੱਲਬਾਤ ਕੀਤੀ, ਬੜੀ ਖਾਸ ਗੱਲਬਾਤ ਕੀਤੀ. ਤੁਹਾਨੂੰ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦੱਸਣਾ. ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਅਪਡੇਟਸ ਲਈ ਬਣੇ ਰਹਿਣਾ ਸਾਡੇ ਨਾਲ ਅਤੇ ਦੇਖਦੇ ਰਹਿਣਾ ਵੋਇਸ ਆਫ ਪੰਜਾਬ ਟੀ ਵੀ. ਸਤਿ ਸ਼੍ਰੀ ਅਕਾਲ.